ਨਾਭਾ ਦੇ ਬੋੜਾ ਗੇਟ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ 'ਤੇ ਜਾ ਰਹੇ 3 ਨੌਜਵਾਨਾਂ ਨੂੰ ਟੱਕਰ ਮਾਰੀ ਹੈ, ਜਿਸ ਕਰਕੇ 1 ਨੌਜਵਾਨ ਦੀ ਮੌਤ ਹੋਈ ਹੈ ਜਦਕਿ 2 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਪੁਲਿਸ ਨੇ ਟਰੱਕ ਵਾਲੇ ਨੂੰ ਮੌਕੇ 'ਤੇ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਕਿ 3 ਮੋਟਰਸਾਈਕਲ ਸਵਾਰ ਨਾਭਾ ਵੱਲ ਨੂੰ ਆ ਰਹੇ ਸਨ, ਜਿਸ ਦੇ ਦੌਰਾਨ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਵਿਅਕਤੀ ਸਤਪਾਲ, ਜਿਸ ਦੀ ਉਮਰ 42 ਸਾਲ ਸੀ, ਉਹ ਲੇਬਰ ਦਾ ਕੰਮ ਕਰਦਾ ਸੀ। ਪੁਲਿਸ ਨੇ ਮੌਕੇ 'ਤੇ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਹੈ। ਮੌਕੇ 'ਤੇ ਮੌਜੂਦ ਲੋਕਾਂ ਦੇ ਮੁਤਾਬਕ ਟਰੱਕ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ, ਜਿਸ ਦੇ ਕਰਕੇ ਹੀ ਇਹ ਹਾਦਸਾ ਵਾਪਰਿਆ। ਸਰ, ਮੇਰੇ ਮੋਟਰਸਾਈਕਲ ਦੇ ਮੂਹਰੇ ਇਹਨਾਂ ਦਾ ਮੋਟਰਸਾਈਕਲ ਸੀ। ਮੋਟਰਸਾਈਕਲ ਜੋ ਗੱਡੀ ਦੇ ਬਰਾਬਰ ਹੋਇਆ, ਮੋਟਰਸਾਈਕਲ ਇਹਨਾਂ ਦਾ ਕਿਸੇ ਅੜਕ ਗਿਆ, ਪਤਾ ਨਹੀਂ ਕੀ ਹੋਇਆ, ਉਹਦੇ ਮੂਹਰੇ ਗਿਰੇ ਨੇ। ਦੋ ਜੀ ਨੇ ਪਰਲੇ ਪਾਸੇ ਗਿਰ ਕੇ, ਇੱਕ ਜੀ ਨਾਲ ਗੱਡੀ ਦੇ ਟਾਇਰਾਂ ਥੱਲੇ ਆ ਗਿਆ। ਫਿਰ ਮੈਂ ਅੱਗੇ ਜਾ ਕੇ ਗੱਡੀ ਵੀ ਮੈਂ ਹੀ ਰੋਕੀ ਆ। ਮੇਰੇ ਨਾਲ ਗੱਡੀ ਤੇਜ਼ ਸੀ ਜੀ। ਟਰੱਕ ਦਾ ਨੰਬਰ BV11BF9773 ਆ ਜੀ। ਟਰੱਕ ਦਾ ਨੰਬਰ, ਸਿਲੰਡਰ ਵਾਲੀ ਗੱਡੀ ਆ ਜੀ, LP। ਗੱਡੀ ਫਿਰ ਮੌਕੇ ਤੇ ਰੋਕੀ ਨੀ ਜੀ? ਹਾਂਜੀ, ਅਸੀਂ ਜਾ ਕੇ ਰੋਕੀ ਜੀ, ਅੱਗੇ ਉਹਦਾ ਉੱਤਰ ਨੀ ਰਿਹਾ ਥੱਲੇ। ਮਤਲਬ ਤੁਹਾਡੇ ਕਹਿੰਦੇ ਇੱਥੋਂ ਭਜਾ ਕੇ ਲੈ ਗਿਆ? ਮੇਰੇ ਨਾਲ ਇੱਕ ਗੱਡੀ ਸਕਾਰਪੀਓ ਦੀ, ਇੱਕ ਹੋਰ ਗੱਡੀ ਮੈਡਮ ਉਤਰੇ ਤਾਂ ਗੱਡੀ ਚੋਂ ਥੱਲੇ ਉਤਾਰਿਆ। ਉਹ ਕਹਿੰਦੇ ਇਹਨੇ ਬੰਦਾ ਮਾਰਤਾ ਜੀ, ਅਸੀਂ ਉਹਨੂੰ ਥੱਲੇ ਤਾਰੇ ਜੀ, ਨਾਲ ਦੀ ਨਾਲ ਡਰਾਈਵਰ ਭੱਜ ਗਿਆ। ਹਾਂਜੀ, PCR ਵਾਲਿਆਂ ਨੇ ਫੋਨ ਕੀਤਾ ਜੀ ਸਾਨੂੰ। ਠੀਕ ਹੈ, ਮੈਂ ਕਿਸੇ ਹੋਰ ਕੰਮ 'ਚ ਬਿਜ਼ੀ ਸੀਗਾ, ਮੈਂ ਆ ਕੇ ਮੌਕਾ ਦੇਖ ਲਿਆ। ਗੱਡੀ ਉਹਨਾਂ ਨੇ ਉੱਥੇ ਰੁਕੀ ਸੀ, ਜਿਹੜੀ ਡੈੱਡ ਬੋਡੀ 'ਚ ਆ ਕੇ ਹਸਪਤਾਲ 'ਚ ਰੁਕਾਉਂਦੇ ਆ, ਨਾਭਾ ਤੋਂ ਹਰਮੀਤ ਮਾਨ ਦੀ ਰਿਪੋਰਟ, ਪੰਜਾਬ ਟੂਡੇ।